ਪੰਜਾਬ ਦੇ ਵਿੱਚ ਲੁਧਿਆਣਾ ਦੀ ਸੀਟ ਹਾਰਨ ਦੇ ਬਾਵਜੂਦ ਵੀ ਭਾਜਪਾ ਲੀਡਰ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਥਾਂ ਮਿਲੀ ਹੈ। ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਪੋਤਰੇ ਨੂੰ ਮੰਤਰੀ ਮੰਡਲ ਦੇ ਵਿੱਚ ਰਾਜ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਤੇ ਰਵਨੀਤ ਬਿੱਟੂ ਦੇ ਰਾਜ ਮੰਤਰੀ ਬਣ ਤੋਂ ਬਾਅਦ ਪੰਜਾਬ ਭਾਜਪਾ ਦੇ ਵਿੱਚ ਕੁਸਰਮੁਸਰ ਹੋਣ ਲੱਗ ਗਈ ਹੈ। ਸਾਬਕਾ ਟਕਸਾਲੀ ਭਾਜਪਾ ਲੀਡਰਾਂ ਨੂੰ ਨਜ਼ਰਅੰਦਾਜ਼ ਕਰਨ ਤੇ ਭਾਜਪਾ ਦੇ ਵਿੱਚ ਅੰਦਰ ਖਾਤੇ ਪੰਜਾਬ 'ਚ ਰੋਸ ਵੱਧ ਸਕਦਾ ਹੈ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਨੇ ਕੈਬਨਿਟ ਰੈਂਕ ਮਿਲਣ ਤੋਂ ਬਾਅਦ ਕਿਹਾ ਕਿ ਕੇਂਦਰੀ ਕੈਬਨਿਟ ਦੇ ਵਿੱਚ ਮੇਰੀ ਸ਼ਮੂਲੀਅਤ ਪੰਜਾਬ ਨੂੰ ਤੋਹਫ਼ਾ ਹੈ ਬਿੱਟੂ ਨੇ ਪੰਜਾਬ ਤੇ ਨਵੀਂ ਦਿੱਲੀ ਵਿਚਾਲੇ ਪੁਲ ਵਜੋਂ ਕੰਮ ਕਰਨ ਦਾ ਵਾਅਦਾ ਵੀ ਕੀਤਾ ਬਾਗੋ ਬਾਗ ਹੋਏ ਰਵਨੀਤ ਬਿੱਟੂ ਦੀ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹائش ਵੱਲ ਦੌੜਦਿਆਂ ਦੀ ਵੀਡੀਓ ਵਾਇਰਲ ਹੋ ਗਈ ਜਦੋਂ ਪ੍ਰਧਾਨ ਮੰਤਰੀ ਦੀ ਰਿਹائش ਨੇੜੇ ਭਾਰੀ ਆਵਾਜਾਈ ਕਰਕੇ ਆਪਣੀ ਕਾਰ ਨੂੰ ਛੱਡ ਕੇ ਆਪਣੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਸੜਕ ਤੇ ਹੀ ਦੌੜਨ ਲੱਗੇ ਗੁਲਾਬੀ ਰੰਗ ਦੀ ਪੱਗ ਬੰਨੀ ਹੋਈ ਹੈ ਇਸ ਵੀਡੀਓ ਦੇ ਵਿੱਚ ਰਸਮੀ ਚਿੱਟੇ ਕੱਪੜੇ ਪਾਏ ਹੋਏ ਨੇ ਇਸ ਦਰਮਿਆਨ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਵਾ ਨੇ ਦੋ ਸਿੱਖ ਮੰਤਰੀਆਂ ਹਰਦੀਪ ਸਿੰਘ ਪੁਰੀ ਅਤੇ ਰਵਨੀਤ ਸਿੰਘ ਬਿੱਟੂ ਨੂੰ ਕੈਬਨਟ ਵਿੱਚ ਥਾਂ ਮਿਲਣ ਤੇ ਵਧਾਈ ਵੀ ਦਿੱਤੀ ਅਤੇ ਦੋਵਾਂ ਨੂੰ ਅਪੀਲ ਵੀ ਕੀਤੀ ਕਿ ਪੰਜਾਬ ਦੇ ਆਰਡੀਐਫ ਤੇ ਐਨਐਚਐਮ ਦੇ ਹਜ਼ਾਰਾਂ ਕਰੋੜ ਰੁਪਏ ਕੇਂਦਰ ਵੱਲ ਰੋਕੇ ਪਏ ਨੇ ਬਿੱਟੂ ਤੇ ਪੁਰੀ ਪੰਜਾਬ ਦੇ ਰੁਕੇ ਪੈਸੇ ਛੇਤੀ ਰਿਲੀਜ਼ ਕਰਵਾਉਣ ਟੀਮਾ ਨੇ ਇਹ ਵੀ ਕਿਹਾ ਕਿ ਬੀਜੇਪੀ ਨੇ ਬਿੱਟੂ ਨੂੰ ਕੇਂਦਰੀ ਮੰਤਰੀ ਬਣਾ ਕੇ ਲੁਧਿਆਣਾ ਦੇ ਵੋਟਰਾਂ ਦਾ અપਮਾਨ ਕੀਤਾ ਹੈ। ਉਧਰ ਮਾਛੀਵਾੜੇ ਰਵਨੀਤ ਸਿੰਘ ਬਿੱਟੂ ਦੇ ਨਾਨਕੇ ਘਰ 'ਚ ਜਸ਼ਨ ਵਾਲਾ ਮਾਹੌਲ ਬਣ ਗਿਆ। ਰਵਨੀਤ ਬਿੱਟੂ ਦੇ ਮਾਮਾ ਰਾਜਵੰਤ ਸਿੰਘ ਕੂਨਰ ਹੋਰਾਂ ਨੇ ਖੁਸ਼ੀ ਦੇ ਵਿੱਚ ਭੰਗੜੇ ਪਾ ਕੇ ਪਟਾਕੇ ਚਲਾ ਕੇ ਜਸ਼ਨ ਮਨਾਏ। ਪਤਾ ਲੱਗਿਆ ਕਿ ਰਵਨੀਤ ਬਿੱਟੂ ਮਾਛੀਵਾੜੇ ਦੇ ਹਰੇਕ ਬਜ਼ੁਰਗ ਨੂੰ ਮਾਮਾ ਜੀ ਕਹਿ ਕੇ ਬੁਲਾਉਂਦੇ ਨੇ। ਖੈਰ ਮੋਦੀ ਦੀ ਕੈਬਨਿਟ ਦੇ ਵਿੱਚ 7 ਸਾਬਕਾ ਮੁੱਖ ਮੰਤਰੀ ਹਿੱਸਾ ਬਣੇ ਨੇ। TDP ਦੇ ਸੰਸਦ ਮੈਂਬਰ ਡਾਕਟਰ ਚੰਦਰ ਸ਼ੇਖਰ ਪੇਮਾਸਨੀ 5700 ਕਰੋੜ ਰੁਪਏ ਦੀ ਸੰਪਤੀ ਨਾਲ 18ਵੀਂ ਲੋਕ ਸਭਾ ਦੇ ਮੰਤਰੀ ਮੰਡਲ ਵਿੱਚ ਸਭ ਤੋਂ ਅਮੀਰ ਮੰਤਰੀ ਹਨ। ਉਹਨਾਂ ਨੂੰ ਰਾਜ ਮੰਤਰੀ ਵਜੋਂ ਹਲਫ਼ ਦਿਵਾਇਆ ਗਿਆ ਹੈ। ਐਤਕੀ ਚੋਣਾਂ ਦੇ ਵਿੱਚ ਹਿੱਸਾ ਲੈਣ ਵਾਲੇ ਭਾਰਤ ਦੇ ਸਾਰੇ 8390 ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਵੱਧ 5705 ਕਰੋੜ ਰੁਪਏ ਦੀ ਸੰਪਤੀ ਦਾ ਪੇਮਾਸਨੀ ਨੇ ਐਲਾਨ ਕੀਤਾ ਸੀ। ਕੈਬਨਿਟ ਰੈਂਕ ਵਾਲੇ ਮੰਤਰੀਆਂ ਚੋਂ ਜਯੋਤੀ ਰਾਧ ਦਿੱਤੀਆ ਸਿੰਧਿਆ ਦੀ ਸਭ ਤੋਂ ਵੱਧ 484 ਕਰੋੜ ਦੀ ਸੰਪਤੀ ਹੈ। ਲੋਕ ਸਭਾ ਚੋਣ ਜਿੱਤਣ ਵਾਲੇ ਸਖਰਲੇ 10 ਅਮੀਰ ਉਮੀਦਵਾਰਾਂ ਦੇ ਵਿੱਚੋਂ ਸਿਰਫ ਮੀਮਾਸਨੀ ਤੇ ਸਿੰਧੀਆਂ ਨੂੰ ਹੀ ਮੰਤਰੀ ਬਣਾਇਆ ਗਿਆ ਹੈ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਵੀ ਕੈਬਨਿਟ ਰੈਂਕ ਮਿਲਿਆ 5 ਸਾਲਾਂ ਬਾਅਦ ਉਹਨਾਂ ਦੀ ਮੰਤਰੀ ਮੰਡਲ ਦੇ ਵਿੱਚ ਵਾਪਸੀ ਹੋਈ ਹੈ। ਨਿਤਿਨ ਗੜਕਰੀ ਜੋ ਕਿ ਹਾਈਵੇ ਮੈਨ ਆਫ ਇੰਡੀਆ ਦੇ ਵਜੋਂ ਜਾਣੇ ਜਾਂਦੇ ਨੇ ਉਹਨਾਂ ਨੂੰ ਵੀ ਮੁੜ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਕੱਲ ਸੌਚੁਕ ਸਮਾਗਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਵਾਸਤੇ ਚੁਣੇ ਗਏ ਐਮਪੀ ਚਿਹਰਿਆਂ ਦੇ ਨਾਲ ਬੈਠਕ ਕੀਤੀ। ਅਤੇ ਹਮੇਸ਼ਾ ਨਿਮਰ ਰਹੋ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਕਦੇ ਸਮਝੌਤਾ ਨਾ ਕਰੋ ਦੀ ਨਸੀਹਤ ਦਿੱਤੀ ਕਹਿੰਦੇ ਤੁਹਾਨੂੰ ਜੋ ਵੀ ਕੰਮ ਸੌਂਪਿਆ ਜਾਵੇਗਾ ਉਸ ਨੂੰ ਇਮਾਨਦਾਰੀ ਦੇ ਨਾਲ ਕਰਦੇ ਰਹੋ ਕਿਉਂਕਿ ਲੋਕ ਉਹਨਾਂ ਨੂੰ ਹੀ ਪਿਆਰ ਕਰਦੇ ਨੇ ਜੋ ਨਿਮਰ ਰਹਿੰਦੇ ਨੇ ਮੋਦੀ ਦੀ ਕੈਬਨਿਟ ਦੇ ਵਿੱਚ ਇੱਕ ਹੋਰ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਹਿਮਾਚਲ ਪ੍ਰਦੇਸ਼ ਤੋਂ ਅਨਰਾਗ ਠਾਕੁਰ ਨੂੰ ਐਤਕੀ ਕੈਬਨਿਟ ਦੇ ਵਿੱਚ ਥਾਂ ਨਹੀਂ ਮਿਲੀ ਨਿਰਾਗ ਠਾਕੁਰ ਸਿਰਫ ਮੋਦੀ ਤੇ ਉਹਨਾਂ ਦੇ ਮੰਤਰੀਆਂ ਨੂੰ ਵਧਾਈ ਦਿੰਦੇ ਰਹੇ ਹਾਲਾਂਕਿ ਅਨਰਾਗ ਨੇ ਕਿਹਾ ਕਿ ਭਾਜਪਾ ਵਰਕਰ ਵਜੋਂ ਮੈਂ ਕੰਮ ਕਰਦਾ ਰਹਾਂਗਾ ਹਾਲਾਂਕਿ ਅਨਰਾਗ ਠਾਕੁਰ ਹਿਮਾਚਲ ਪ੍ਰਦੇਸ਼ ਦੇ ਹਿਮੇਰਪੁਰ ਤੋਂ ਐਮਪੀ ਚੁਣੇ ਗਏ ਹਨ ਜਿੱਤੇ ਹਨ ਸੋਐਂਡੀ ਦੀ ਸਰਕਾਰ ਬਣ ਚੁੱਕੀ ਹੈ ਤੇ ਕਾਂਗਰਸ ਨੇ ਤੰਝ ਕੱਸਿਆ ਹੈ ਕਾਂਗਰਸ ਨੇ ਸੋਚਕ ਸਮਾਗਮ ਤੋਂ ਪਹਿਲਾਂ ਨਿਸ਼ਾਨਾ ਸਿੱਧਿਆ ਕਿਹਾ ਕਿ ਐਨਡੀਏ ਨਰਿੰਦਰ ਡਿਸਟ੍ਰਕਟਿਵ ਅਲਾਈਅንስ ਹੈ ਮੋਦੀ ਕਹਿੰਦੇ ਸਾਰੀ ਵੈਦਤਾ ਗਵਾ ਚੁੱਕੇ ਨੇ ਕਾਂਗਰਸ ਦੇ ਜਰਨਲਿਸਟਕਤਰ ਜੈਰਾਮ ਰਮੇਸ਼ ਨੇ ਕਿਹਾ ਕਿ 28 ਮਈ 2022 ਦਾ ਉਹ ਦਿਨ ਚਿੱਤੇ ਹੈ ਜਦੋਂ ਨਰਿੰਦਰ ਮੋਦੀ ਸਿੰਘ ਗੋਲ ਨਾਲ ਨਵੇਂ ਸੰਸਦ ਭਵਨ ਆਏ ਸਨ ਜਿਸ ਲਈ 15 ਅਗਸਤ 1947 ਦਾ ਇੱਕ ਵੱਖਰਾ ਇਤਿਹਾਸ ਘੜਿਆ ਗਿਆ ਸੀ ਦਰਅਸਲ ਉਹ ਸਭ ਕੁਝ ਨਾ ਸਿਰਫ ਮੋਦੀ ਦੇ ਸਮਰਾਟ ਹੋਣ ਦੇ ਦਾਅਵੇ ਨੂੰ ਸਹੀ ਠਹਿਰਾਉਣ ਲਈ ਕੀਤਾ ਗਿਆ ਸਗੋਂ ਤਾਮਿਲ ਵੋਟਰਾਂ ਨੂੰ ਅਪੀਲ ਕਰਨ ਲਈ ਵੀ ਹੋਇਆ ਸੀ ਅਸੀਂ ਕਹਿੰਦੇ ਉਸ ਨਾਟਕ ਦਾ ਸਿੱਟਾ ਜਾਣਦੇ ਹਾਂ